ਆ ਦੇਖੋ ਆਵਾਜ਼ ਆਉਂਦੀ ਹੋਗੀ ਇਹਦੀ, ਗੁੜਗੁੜ ਜੀ ਲੱਗ ਜਾਂਦਾ ਕੰਨ। ਉਹ ਉੱਪਰ ਹੋਊਗੇ ਹੋਏ, ਡਰ ਗਈ ਕੰਜ ਹੈ। ਲੈ ਓਹੋ, ਹੁਣ ਤਾਂ ਲੱਗਦਾ ਨੀ ਘਰਾਂ ਪਹੁੰਚ ਜੂਗਾ। ਬਾਈ ਜੀ ਪੰਜਾਬੀ ਬੰਦਾ ਹੋਵੇ ਤੇ ਦਸ ਦਾ ਟਾਈਮ ਹੋਵੇ ਤੇ ਹੱਥ 'ਚ ਐਡੀ ਚਾਹ ਦੀ ਬਾਟੀ ਹੋਵੇ, ਹੋਰ ਚਾਹੀਦਾ ਕੀ ਹੈ? ਹੁਣ ਇਹ ਦੱਸ ਮੈਨੂੰ ਚਾਹੀਦਾ ਕੀ ਹੈ? ਬਾਰਸ਼ ਰੂੜੀ ਚੱਕਦਾ ਡੂਢ ਸੌ ਗਲਾ ਰਾਜਸਥਾਨ 'ਚ ਹੈ। ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਸੋ 10 ਵਜੇ ਦਾ ਟਾਈਮ ਹੈ, ਚਾਹ ਪੀਂਦੇ ਹਾਂ। ਸੋ ਅੱਜ ਅਸੀਂ ਜਾਣਾ ਮੋਟਰ ਪਰ ਘੁੰਮਣ ਮੰਮੀ ਹੋਰਾਂ ਨੂੰ ਲੈ ਕੇ ਨਾਲ। ਮੰਮੀ ਕਹਿੰਦੀ ਦੇਰ ਹੋ ਗਈ ਗਏ ਨੂੰ, ਚਲੋ ਚਾਹ ਪੀ ਕੇ ਮੋਟਰ ਪਰ ਚੱਲਦੇ ਹਾਂ। ਨਾਲੇ ਰਾਹ 'ਚ ਜੋ ਕੁਛ ਸਭ ਕੁਛ ਨੂੰ ਦਿਖਾਉਂਦੇ ਜਾਵਾਂਗੇ। ਅਤੇ ਨਾਲੇ ਜੀ ਨੇ ਲਾਈਕ ਨਹੀਂ ਕਰਿਆ ਵੀਡੀਓ ਨੂੰ ਜ਼ਰੂਰ ਕਰ ਦਿਓ ਅਤੇ ਨਵੇਂ ਚੈਨਲ 'ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਚਲੋ ਚੱਲਦੇ ਹਾਂ ਆਪਾਂ। ਅਸੀਂ ਤੁਰ ਪਏ ਹਾਂ ਖੇਤਾਂ ਵੱਲ ਨੂੰ, ਰਾਹ 'ਚ ਜਾ ਰਹੇ ਹਾਂ। ਅਤੇ ਇੱਧਰ ਬਰਸੀਣਾ ਬਾਰਡਰ ਹੋਈ, ਸਵੇਰ ਦਾ ਟਾਈਮ, ਰੇੜਾ ਵੀ ਆਪਣਾ ਖੜ੍ਹਾ ਉਰੇ। ਚਲੋ ਚਲੋ ਆ ਖਾਣ ਨੂੰ ਚੱਲੋ, ਉੱਧਰ ਉੱਧਰ ਚਾਚਾ ਬਤਾਊਂ ਤੋੜਦਾ। ਆਪਾਂ ਚੱਲਦੇ ਖਾਲੇ ਖਾਲ, ਆਪਾਂ ਨੇ ਜਾਣਾ ਉਹ ਮੋਟਰ ਉੱਪਰ ਤੇ ਆਇਨ ਹੋ ਕੇ ਆਪਾਂ ਨਾ ਫਿਰ ਉੱਧਰ ਨੂੰ ਲੰਘ ਜਾਈਏ, ਸ਼ਾਇਦ ਘਣੂਏ ਕਿੰਨੇ ਨੂੰ ਚਲੀ ਜਾਈਏ ਜਾਂ ਇੱਧਰ ਨੂੰ। ਪਿੱਛੇ ਚਾਚੇ ਨੇ ਬਤਾਊਂ ਤੋੜਦੇ ਆ, ਸਾਨੂੰ ਦੇਖਿਆ ਨਹੀਂ ਉਹਨੇ ਸ਼ਾਇਦ, ਚਾਹ ਪੀਂਦੇ ਆ, ਧਿਆਨ ਨਹੀਂ ਗਿਆ ਹੈਗਾ। ਮੋਟਰ ਪਰ ਪਹੁੰਚ ਗਏ ਅਸੀਂ। ਹਾਂ ਮੰਜਾ ਕੱਢਾਂ, ਮੈਂ ਚਾਬੀ ਲਿਆਇਆ ਤਾਂ ਨਾਲ ਵੈਸੇ। ਆਹੋ ਉਰੇ ਤੇ ਵੜਤੀ ਟਾਹਲੀ ਜਿਹੜੀ ਉਰੇ ਲਮਕਦੀ ਨੀ ਨਾ ਤਾਰ ਪਰ, ਸਾਰੀ ਹਰਿਆਈ ਹੈ। ਹੁਣ ਚਲਾਈ ਨੀ ਹੋਊਗੀ, ਦੇਰ ਹੋ ਗਈ ਨਾ, ਚਲਾਈ ਨੀ ਹੈਗੀ, ਦੇਰ ਹੋ ਗਈ। ਹੁਣ ਕਿਹੜੇ ਲੋੜ ਹੈ ਇਹਨੂੰ, ਕਣਕਾਂ ਹਲੇ ਬੀਜੀਆਂ। ਕਿਹੜਾ ਹਾਂ, ਇਹ ਵੀ ਹੋਰ ਤੱਕ ਦਾ ਹੋ ਗਿਆ, ਪਾਣੀ ਨੀ ਲਾਇਆ ਠੰਡ ਕਰਕੇ। ਮਕਾਨ ਹੁਣ ਦੇਰ ਹੋ ਗਈ ਆਈ ਨੂੰ। ਥੱਲੇ ਦੇਖਿਓ ਉੱਥੇ ਸੱਪ ਦੀ ਕੰਜ ਦੀ ਉੱਪਰ ਪਹਿਲਾਂ। ਹਾਂ ਧਿਆਨ ਗੱਲ ਚੱਕੀ ਉਹਨੇ, ਮੈਂ ਮੰਜਾ ਕੱਢਣਾ ਬਾਹਰ। ਚਲੋ ਮਰੂਦ ਖਾਣੀ ਹੈ ਜਾਂ ਤੋੜ ਲੈ ਜਾ ਕੇ, ਮੈਂ ਮੰਜਾ ਕੱਢਣਾ ਬਾਹਰ। ਧੁੱਪ 'ਚ ਬੈਠਣਾ ਕਿ ਛਾਵਾਂ 'ਚ? ਪੱਕੇ ਪੱਕੇ ਤੋੜਿਓ। ਹੋਊਗੇ ਕੋਠੇ ਪਰ ਤੇ ਦੇਖੇ ਦੇ ਮੈਂ, ਉੱਪਰ ਤੇ ਹੋਣਗੇ, ਹੇਠਾਂ ਹੇਠਾਂ ਦੇ ਤਾਂ ਕੋਈ ਤੋੜ ਲੈ ਜਾਂਦਾ ਉਰੇ ਤੇ। ਉਹ ਉੱਪਰ ਹੋਊਗੇ ਜੀ ਹੋਏ, ਡਰ ਗਈ ਕੰਜ ਹੈ। ਹਾਂ ਜਿਹੜੀ ਵੀਡੀਓ ਬਣਾਈ ਤਾਂ ਉੱਕਣੀ ਪਈ ਆ ਇਹ, ਡਰ ਗਈ ਕਹਿੰਦੀ ਸੱਪ ਉਰੇ ਹੋਊਗਾ ਤਾਂ ਜ਼ਰੂਰ ਆਲੇ ਦੁਆਲੇ ਲੰਘ ਜਾਂਦੇ ਖੇਤਾਂ 'ਚ। ਕਿਹੜੇ ਹੈ ਨਾ ਟਾਹਣੀ ਤੋੜ ਦੇਣੀ। ਚਾਰ ਮੂੜ ਥੋੜੇ ਕਹੋ ਤੋੜਨੇ, ਦੇਖ ਲੈਣੇ ਪੱਕੇ ਪੱਕੇ ਜੇ ਹੋਏ ਹੋਰ। ਮਰੂਦ ਖਾਣ ਲੱਗੇ ਵੇ, ਆ ਮੰਜੇ ਦਾ ਪਾਵਾ ਵੀ ਟੁੱਟਿਆ ਉਰੇ ਤੇ, ਬਸ ਉਹੀ ਖੜਾਇਆ ਵਾ, ਖਿੱਚ ਕੇ ਰੱਸੀ ਵੀ ਪਾਈ ਵੀ ਹੈ। ਜੇ ਮਾੜਾ ਜਿਹਾ ਮੀਂਹ ਹਿੱਲ ਗਈ ਇਹਦੇ ਗਿਰ ਜਾਣੇ ਨੇ। ਲੈਟ ਆਈ ਵੀ ਸੀ, ਚੱਠਾ ਭਰ ਲਈਏ, ਉਹ ਇੰਨੀ ਛੇਤੀ ਨਹੀਂ ਆਉਂਦਾ। ਮੈਂ ਲੱਭ ਰਿਹਾ ਮਰੂਦ ਪਾਉਣ ਨੂੰ, ਲਵਾਪਾ ਹੈ ਨਹੀਂ। ਆਹ ਦੇਖੋ ਆਹ ਕੰਤ ਪਰ ਪਿਆ ਬੈਠਾ, ਪਿਆ ਹੀ ਜੰਮਿਆ ਆ। ਕਿੰਨੇ ਆ, ਖਾ ਨਹੀਂ ਹੁੰਦੇ ਇੰਨੇ ਕਹੇ? ਕਿੱਥੇ ਤੇ ਕਾਹਨੂੰ ਕੱਟਿਆ ਵਾ? ਹਾਂ ਐਂ ਟੇਢੀ ਕੱਠ ਮਾਰ ਲੈ ਚੱਕੇ ਥੱਲੇ ਤੇ, ਕੰਡੇ ਹੀ ਬਹੁਤ ਇਹਨੂੰ, ਕੋਨੀ ਵਾ ਬਹੁਤ ਹੈ, ਹੇਠਾਂ ਗਿਰੇ ਵੀ ਚੱਕਦਾ, ਬਸ ਉੱਪਰ ਤਾਂ ਹਾਲੇ ਕੱਚੇ ਆ, ਆਪਣੇ ਆਪ ਗਿਰ ਜਾਂਦੇ ਟੁੱਟ ਗਏ ਇਹ ਇੰਨੇ ਕਹੇ।
ਥੋੜਾ ਬਹੁਤਾ ਆਰਾਮ ਕਰਕੇ ਹੁਣ ਚੱਲਦੇ ਘਰ ਨੂੰ। ਟਾਈਮ ਬਹੁਤ ਹੋ ਗਿਆ ਯਾਰ ਸਾਨੂੰ, ਹਵਾ ਚੱਲਦੀ ਹੈ ਠੰਡੀ ਠੰਡੀ। ਸਾਗ ਤੋੜ ਲੈ, ਹਾਂ ਅਗਲੀ ਵਾਰ ਲੈ ਕੇ ਜਾਊਂਗੇ ਨਾ, ਬਸੇਨ 'ਚ ਸਾਗ ਹੋਇਆ ਵਾ ਹੈ ਨਾ। ਫਟ ਗਿਆ ਲਫਾਫਾ, ਧਿਆਨ ਗੱਲ ਜਾਏਂਗੇ ਤੇ ਰਾਹ 'ਚ ਖਿਡਾਉਣ ਦੇਵੇ। ਲੈ ਉਹ ਸਾਈਡ 'ਤੇ ਫੜ ਕੇ ਰੱਖ ਇਹਨੂੰ, ਹੁਣ ਤਾਂ ਲੱਗਦਾ ਨਹੀਂ ਘਰਾਂ ਪਹੁੰਚੂਗਾ। ਹਾਂ ਐਂ ਫੜ ਕੇ ਰੱਖ, ਇਹਦਾ ਪਹਿਲਾਂ ਪਾਉਂਦੀ ਸਾਰੇ ਕਹਿੰਦੇ। ਚਲੋ ਉਹ ਪਿੱਛੇ ਰਹਿ ਗਈ ਲਫਾਫਾ, ਪਤਾ ਨਹੀਂ ਜਾਊਗਾ ਤੇਰੇ ਘਰਾਂ, ਪਤਾ ਹੀ ਨਹੀਂ। ਉਹ ਵੱਢਣ ਲੱਗਿਆ ਉੱਧਰ ਤਾਇਆ ਬਸੇਨ, ਉਹ ਤਾਏ ਲਫਾਫਾ ਪਾਟੇ ਗਿਆ ਰੁਮਾਲ 'ਚ, ਮੰਨ ਲਈ ਇਹਨੂੰ ਤਾਂ ਜਾਊ ਸਿਰੇ। ਰੁਕ ਜਾ ਮੈਂ ਪੜਾਂ ਤੂੰ ਬੱਤ ਦੇ ਚਾਰੇ ਲੜਾਉਂਦੇ, ਪਹਿਲਾਂ ਹੀ ਸੋਚ ਲੈਂਦੇ। ਮੁੰਡੇ ਅਰਸ਼ ਨੇ ਕਣਕ ਨੂੰ ਪਾਣੀ ਲਾਉਣਾ, ਪੈ ਵਿਛਾਉਣ ਲੱਗਿਆ ਵਾ ਉਹ ਮੋਟਰ ਪਾ ਤੇ, ਉਹ ਲੰਘ ਗਿਆ, ਪਾਣੀ ਸ਼ੁਰੂ ਹੋ ਗਏ ਕਣਕ। ਆ ਗਾਂ ਦੇ ਫਾਰਮ 'ਚ ਨਵਾਈ ਚੱਲਦੀ ਹੈ ਗਾਂ ਦੀ, ਠੰਡੇ ਠੰਡੇ ਪਾਣੀ ਸੇ ਅਸੀਂ ਘੁੰਮੇ, ਤੂੰ ਉੱਥੇ ਦੀ ਉੱਥੇ ਬੈਠੀ ਹੈ। ਅਸੀਂ ਖੇਤ ਗੇੜਾ ਲਾਇਆ ਇੱਥੇ, ਕਾਫੀ ਟਾਈਮ ਲਾਇਆ ਹੈ ਅਸੀਂ ਉੱਥੇ, ਬੈਠ ਬੂਠ ਕੇ ਆਏ ਹਨ ਅਤੇ ਅਸੀਂ ਆ ਕੇ ਘਰਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ। ਅਸੀਂ ਕਾਹ ਲਿਆਂਦਾ ਵਾ ਇਹ ਬਿਜਲੀ ਨਾਲ, ਇਹਦੇ ਵਿੱਚ ਪਾਣੀ ਪਹਿਲਾਂ ਹੀ ਹੁੰਦਾ ਆਟੋਮੈਟਿਕ। ਆ ਦੇਖੋ ਆਵਾਜ਼ ਆਉਂਦੀ ਹੋਊਗੀ ਇਹਦੀ, ਗੁੜ ਗੁੜ ਜੀ ਲੱਗ ਜਾਂਦਾ ਕਹਿੰਦੇ। ਉਹਦੇ ਵਾਸਤੇ ਸਿਆਲ ਵਿੱਚ ਨਾ, ਜਿਹਦੇ ਕੋਈ ਪੇਟ ਦਰਦ ਜਾਂ ਪਿੱਠ ਕੋਈ ਵੀ ਚੀਜ਼ ਦਰਦ ਕਰਦੀ ਸਿਆਲ ਦੇ ਵਿੱਚ, ਇਹ ਉਹਦੇ ਵਾਸਤੇ ਉਹਦੇ ਉੱਤੇ ਰੱਖ ਲਓ, ਬਸ ਆਰਾਮ ਮਿਲਦਾ ਠੰਡ 'ਚ। ਆ ਇਹਦੇ ਵਿੱਚ ਹੱਥ ਪਾਉਣ ਨੂੰ ਵੀ ਹੈਗਾ, ਆਪਣੇ ਹੱਥ ਵੀ ਨਿੱਘੇ ਕਰ ਸਕਦੇ ਇਹਦੇ ਵਿੱਚ ਪਾ ਕੇ, ਇਹਦੇ ਵਿੱਚ ਪਾ ਲਓ। ਬਸ 5-7 ਮਿੰਟ ਇਹ ਕਰਨਾ ਪੈਂਦਾ ਗਰਮ, ਬਹੁਤ ਜ਼ਿਆਦਾ ਗਰਮ ਹੋ ਜਾਂਦਾ ਇਹ, ਬਹੁਤ ਵਧੀਆ ਠੰਡ ਦੇ ਵਿੱਚ ਇਹ, ਇਹਨੂੰ ਕਿਤੇ ਵੀ ਲਗਾ ਸਕਦੇ ਜਾਣੀ ਠੰਡ 'ਚ ਨਿੱਘ ਲੈਣ ਨੂੰ। ਆ ਇਹਦਾ ਚਾਰਜਰ ਹੈ, ਇਹ ਬਸ ਚਾਰਜ ਹੋ ਜਾਂਦਾ ਨਿਕਲ ਜਾਂਦਾ, ਇਹਦੇ ਵਿੱਚ ਸਪੇਸ ਹੈ, ਅਸੀਂ ਨਿੱਘੇ ਹੱਥ ਕਰ ਸਕਦੇ ਆਪਾਂ, ਜਾਂ ਇਹ ਲਾ ਲਓ ਇੱਕ ਨਾ ਮਰਜ਼ੀ। ਬਹੁਤ ਜ਼ਿਆਦਾ ਗਰਮ ਹੋਇਆ ਵਾ ਹੁਣ ਤਾਂ, ਬਹੁਤ ਆਰਾਮ ਹੋ ਗਿਆ ਠੰਡੀ ਦਾ। ਇੱਧਰ ਡੰਗਰ ਬੈਠੇ ਆਰਾਮ ਕਰ, ਮੈਂ ਲੱਗਿਆ ਤਾ ਫੌੜੇ ਦਾ ਥੱਲੜਾ ਪੱਤਾ ਜਿਹਾ ਬਦਲਣ, ਇਹਦਾ ਟੁੱਟ ਗਿਆ ਇੱਕ ਇੱਕ ਪਾਸਾ ਵਾਲਾ, ਇੱਕ ਲਿਆਂਦਾ ਵਾ ਹੋਰ, ਮੈਂ ਇਹਦਾ ਇੱਕ ਨਟ ਤਾਂ ਖੋਲਤਾ, ਦੂਆ ਖੁੱਲਿਆ ਨਹੀਂ, ਫਰੀ ਹੋ ਜਾਂਦਾ ਨਾ ਕੋਈ ਚਾਬੀ ਲੱਗਦੀ ਹੈ। ਹੁਣ ਜਾਂ ਤਾਂ ਕਿਸੇ ਦੇ ਖਿਲਾ ਕੇ ਲਿਆਉਂਗੇ, ਨਾ ਕਿਤੇ ਆਰੀ ਪੈਨੂੰ ਜਗ੍ਹਾ ਇਹਨੂੰ। ਬਰਸੀਨ ਦਾ ਟੋਕਾ ਕਰ ਲਿਆ ਮੈਂ, ਇੱਧਰ ਕਰਕੇ ਰੱਖਤਾ, ਕੱਲ੍ਹ ਲਾਈਟ ਆਈ ਨਹੀਂ ਹੈਗੀ, ਕੱਲ੍ਹ ਲਾਈਟ ਆਈ ਨਹੀਂ ਹੈਗੀ, ਟੋਕਾ ਹੋਇਆ ਨਹੀਂ, ਹਨੇਰਾ ਹੋ ਗਿਆ, ਅੱਜ ਸਾਜਰੇ ਕਰਤਾ ਇੱਕ ਆਉਣਾ, ਅੱਜ ਲਾਈਟ ਵੀ ਨਹੀਂ ਭੱਜਣੀ ਵੇਖਿਓ। ਮੈਂ ਆ ਗਿਆ ਤਾਂ ਕੋਠੇ ਪਰ, ਸ਼ਾਮ ਦਾ ਟਾਈਮ ਹੋਇਆ ਵਾ, ਸੂਰਜ ਵੀ ਛਿਪਣ ਨੂੰ ਆ, ਅਸੀਂ ਕੋਠੇ ਪਰ ਕਰਤੇ ਸ਼ੁਰੂ ਪਾਥੀ, ਅਤੇ ਗੁਆਂਢੀਆਂ ਦਾ ਲੈਂਟਰ ਪੈਂਦਾ ਤਾ, ਅੱਜ ਦੇਖੀਏ ਪੈ ਗਿਆ, ਆਹ ਤਾਂ ਦਿੱਤਾ ਆ ਸਾਹਮਣੇ ਇੱਕੋ ਕਮਰੇ ਦਾ ਤਾਂ ਪਾਥੀ, ਅਸੀਂ ਕੋਠੇ ਪਰੇ ਪਾਥਨੇ 10-12 ਸਾਲ ਹੋ ਗਏ, ਕਹਿੰਦੇ ਵੀ ਲੈਂਟਰ ਖਰਾਬ ਹੋ ਜਾਂਦਾ, ਅਸੀਂ ਪਰ ਥੱਲੇ ਵਿਛਾਈ ਹੋਈ ਤਰਪਾਲ, ਉਹਦੇ ਕਰਕੇ ਕੋਈ ਚੱਕਰ ਨਹੀਂ ਪੈਣਾ, 10-12 ਸਾਲ ਹੋ ਗਿਆ ਜੀ, ਕੋਈ ਪ੍ਰੋਬਲਮ ਆਈ ਤਾਂ ਹੈ ਨਹੀਂ, ਜਿਹੜੇ ਅੱਕਣੀ ਬਿਨਾਂ ਤਰਪਾਲ ਤੋਂ ਵਿਛਾ ਲੈਂਦੇ ਉਹ ਤਾਂ ਚੱਕਰ ਹੋ ਸਕਦਾ। ਬਾਕੀ ਚਲੋ ਕਰਦੇ ਵੀਡੀਓ ਦਾ ਪੈਂਡ, ਮਿਲਦੇ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ, ਓਕੇ ਬਾਏ, ਟਾਟਾ ਕੇਅਰ।